ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਜਿਹੜੇ ਟੂਰਿਸਟ ਵਿਜ਼ਿਟ ਵੀਜ਼ੇ ਤੇ 25-25 ਲੱਖ ਰੁਪਇਆ ਲਾ ਕੇ ਆ ਰਹੇ ਨੇ, 10-10 ਲੱਖ ਰੁਪਇਆ ਲਾ ਕੇ ਆ ਰਹੇ ਨੇ, ਉਹ ਤੁਸੀਂ ਕਿੱਦਾਂ ਬਚ ਸਕਦੇ ਹੋ? 30-35-40 ਹਜ਼ਾਰ 'ਚ ਤੁਸੀਂ ਆਪਣਾ ਟੂਰਿਸਟ ਜਾਂ ਵਿਜ਼ਿਟਰ ਵੀਜ਼ਾ ਕਿੱਦਾਂ ਲਵਾ ਸਕਦੇ ਹੋ? ਤਾਂ ਬਹੁਤ ਸਾਰੇ ਲੋਕਾਂ ਨੇ ਸਾਨੂੰ ਮੈਸੇਜ ਆ ਰਹੇ ਸੀ ਕੰਟੀਨਿਊਸਲੀ ਕਿ ਸਾਡਾ ਵੀਜ਼ਾ ਲਗਵਾ ਦਿਓ। ਤੁਸੀਂ ਕਹਿ ਰਹੇ ਹੋ 20-25 ਹਜ਼ਾਰ ਵਿੱਚ ਵੀਜ਼ਾ ਲੱਗ ਜਾਂਦਾ, ਕਿਉਂਕਿ ਕੈਨੇਡਾ ਸਰਕਾਰ ਨੇ, ਤੁਸੀਂ ਦੇਖੋ ਪਤਾ ਕੀ ਗੱਲ ਹੁੰਦੀ ਹੈ ਯਾਰ, ਤੁਸੀਂ ਫਸਟ ਆਫ ਆਲ ਜਦੋਂ ਵੀ ਕਿਸੇ ਨੂੰ ਪੈਸੇ ਦਿੰਦੇ ਹੋ, ਲਾਈਕ ਪੇਮੈਂਟ ਤੁਸੀਂ ਕਰਦੇ ਹੋ, 15 ਲੱਖ ਦਿੰਦੇ ਹੋ, 20 ਲੱਖ ਦਿੰਦੇ ਹੋ, ਠੀਕ ਹੈ, ਚਾਹੇ 5 ਲੱਖ ਵੀ ਦਿੰਦੇ ਹੋ, ਤੁਸੀਂ ਉਹਨੂੰ ਚੈੱਕ ਤਾਂ ਕਰਿਆ ਕਰੋ ਕਿ ਕਿਸ ਚੀਜ਼ ਦੇ ਲੈ ਰਹੇ ਨੇ। ਸਿਰਫ ਵੀਜ਼ਾ ਅਪਲਾਈ ਕਰਨਾ ਹੀ ਸਾਰਾ ਕੁਛ ਨਹੀਂ ਹੁੰਦਾ, ਠੀਕ ਹੈ ਜੀ। ਤੁਹਾਨੂੰ ਇੰਨਾ ਪਤਾ ਵੀਜ਼ੇ ਦੀ ਜਿਹੜੀ ਅੰਬੈਸੀ ਫੀਸ ਹੈਗੀ ਆ ਕਿੰਨੀ ਆ? $185 ਹੈਗੀ ਆ, ਸਿਰਫ 11-12 ਹਜ਼ਾਰ ਰੁਪਇਆ ਬਣਦਾ। ਤੁਸੀਂ ਕਿਸ ਚੀਜ਼ ਦਾ 25-25 ਲੱਖ ਰੁਪਇਆ ਦੇ ਰਹੇ ਹੋ, 10-10 ਲੱਖ ਰੁਪਇਆ ਦੇ ਰਹੇ ਹੋ? ਹੁਣ ਕਈ ਲੋਕੀ ਮੈਨੂੰ ਕਮੈਂਟ ਕਰਕੇ ਮੈਸੇਜ ਕਰਕੇ ਕਹਿੰਦੇ ਲੈ ਉਹ ਬੱਸ ਕਰ ਯਾਰ, ਕੌਣ ਦਿੰਦਾ 15 ਲੱਖ ਰੁਪਇਆ, ਕੌਣ ਦਿੰਦਾ 20 ਲੱਖ ਰੁਪਇਆ, ਕਿਹੜੀਆਂ ਗੱਲਾਂ ਕਰੀ ਜਾਂਦਾ? ਮੈਨੂੰ ਪਰਸਨਲੀ ਮੈਸੇਜ ਕਰਨਾ ਯਾਰ, ਜਿਹੜੀ ਇਹ ਚੀਜ਼ਾਂ ਕਰਦਾ ਮੈਨੂੰ ਪਰਸਨਲੀ ਮੈਸੇਜ ਕਰ, ਤੈਨੂੰ ਸਕਰੀਨਸ਼ਾਟ ਪਾਵਾਂ। ਕਈ ਲੋਕੀ ਕਹਿੰਦੇ ਕਿ ਸਪੌਂਸਰਸ਼ਿਪ ਨਹੀਂ ਹੈਗੀ ਭੈਣ, ਉਹ ਸਪੌਂਸਰਸ਼ਿਪ ਲੈ ਕੇ ਦਿੰਦੇ ਆ ਸਾਨੂੰ ਤਾਂ ਕਰਕੇ ਇੰਨੇ ਪੈਸੇ ਲੈਂਦੇ ਆ, ਤਾਂ ਹੀ ਤਾਂ ਫਿਰ ਐਂਟਰੀ ਨਹੀਂ ਮਿਲਦੀ, ਫਿਰ ਐਂਟਰੀ ਨਹੀਂ ਮਿਲਦੀ, ਜਾਨੀ ਸਪੌਂਸਰਸ਼ਿਪ ਹੁੰਦੀ ਹੈ। ਫਿਰ ਕਹਿੰਦਾ ਭਾਜੀ ਐਂਟਰੀ ਨਹੀਂ ਮਿਲਦੀ, ਬਾਈ ਜੀ ਕੀ ਇਲਾਜ ਕਰੀਏ, ਕੀ ਕਰੀਏ? ਜਿਹਦੇ ਓਰੀਜਨਲ ਡਾਕੂਮੈਂਟਸ ਹੁੰਦੇ ਨਾ, ਅਗਲਾ ਚੋੜਾ ਉੱਥੇ ਭਾਜੀ ਖੱਪ ਪਾਉਂਦਾ ਕਿ ਹਾਂਜੀ ਜੀ ਕਿਉਂ ਨਹੀਂ ਮੈਂ ਜਾ ਸਕਦਾ, ਕੀ ਰੀਜ਼ਨ ਆ? ਨਾਲੇ ਨੋਰਮਲ ਜੀ ਗੱਲ ਆ ਜੀ, ਤੁਹਾਨੂੰ ਅੰਬੈਸੀ ਵੀਜ਼ਾ ਦੇ ਰਹੀ ਆ ਤੇ ਕੋਈ ਸੋਚ ਸਮਝ ਕੇ ਦੇ ਰਹੀ ਆ ਨਾ ਯਾਰ। ਨਾਲੇ ਸਭ ਤੋਂ ਮੇਜਰ ਚੀਜ਼ ਯਾਰ ਜਿਹੜੀ ਹੈਗੀ ਆ ਉਹ ਹੈ ਫੰਡਸ, ਠੀਕ ਹੈ। ਹੁਣ ਅਮਰੀਕਾ ਵਿੱਚ ਫੰਡਸ ਜ਼ਰੂਰੀ ਨਹੀਂ ਹੈਗੇ ਸ਼ੋ ਕਰਨੇ, ਬਟ ਉਹ ਅਪਾਇੰਟਮੈਂਟ ਲੈਂਦੇ ਆ, ਇੰਟਰਵਿਊ ਲੈਂਦੇ ਆ, ਤੁਹਾਡਾ ਇੰਟਰਵਿਊ ਕਰੈਕ ਕਰਨਾ ਸੌਖਾ ਨਹੀਂ ਹੈਗਾ। ਸੋ ਕੈਨੇਡਾ ਵੱਲ ਅਗਰ ਆਪਾਂ ਮੂੰਹ ਮੋੜ ਲਈਏ ਤਾਂ ਕੈਨੇਡਾ ਕਹਿੰਦਾ ਨਾ ਫੰਡਸ ਸ਼ੋ ਕਰੋ, ਫੰਡਸ ਤਾਂ ਫਿਰ ਜ਼ਰੂਰੀ ਹੈਗੇ ਆ, ਘੱਟੋ ਘੱਟ 7-8 ਲੱਖ ਇੱਕ ਬੰਦੇ ਲਈ ਤੇ 10-11 ਲੱਖ ਦੋ ਬੰਦਿਆਂ ਲਈ। ਤੇ ਮੇਰਾ ਭਰਾ, ਜੇ ਤੁਸੀਂ ਕਿਸੇ ਨੂੰ ਵੀ ਕੋਈ ਵੀ ਪੈਸਾ ਦਿੰਦੇ ਆ, ਸੋਚ ਸਮਝ ਕੇ ਦਿਆ ਕਰੋ, ਠੀਕ ਹੈ। ਚੁੱਪ ਕਰਕੇ ਬਸ ਫੇਕ ਸਪੌਂਸਰਸ਼ਿਪ ਲਗਾ ਕੇ ਵੀਜ਼ਾ ਲੈ ਲੈਣਾ, ਫਿਰ ਉਸ ਤੋਂ ਬਾਅਦ ਤੁਹਾਨੂੰ ਉੱਥੇ ਆਣ ਕੇ ਦਿੱਕਤ ਸੋਣੀ, ਠੀਕ ਹੈ। ਵੈਸੇ ਵੀ ਟੂਰਿਸਟ ਬੇਸ ਤੇ ਉਹੀ ਮੇਰਾ ਭਰਾ ਆਵੇ ਜਿਨ੍ਹਾਂ ਦਾ ਕੋਈ ਨਾ ਕੋਈ ਇੱਥੇ ਬੰਦਾ ਖਾਸ ਹੈਗਾ ਆ, ਤੁਸੀਂ ਪ੍ਰੋਪਰਲੀ ਸੈਟਲਮੈਂਟ ਆ ਸਕਦੇ ਹੋ। ਜੇ ਤੁਸੀਂ ਪ੍ਰੋਪਰਲੀ ਸੈਟਲਮੈਂਟ ਕਰਨੀ ਹੈਗੀ ਆ, ਜੇ ਵੈਸੇ ਤੁਸੀਂ ਘੁੰਮਣ ਫਿਰਨ ਵਾਸਤੇ ਆਣਾ ਆ, ਫਿਰ ਤੁਸੀਂ ਆ ਸਕਦੇ ਹੋ। ਐਂਡ ਮੇਜਰਲੀ ਜਿਹੜੇ ਸੋਚ ਰਹੇ ਆ ਕਿ ਅਸੀਂ ਵਿਜ਼ਟਰ ਵੀਜ਼ੇ ਤੇ ਜਾ ਕੇ ਉੱਥੇ ਸੈਟਲਮੈਂਟ ਹੋ ਜੂਗੀ, ਇਸ ਟਾਈਮ ਤੇ ਨਹੀਂ ਸੌਖਾ ਸੈਟਲਮੈਂਟ ਕਰਨਾ, ਹੋ ਜਾਂਦਾ ਸਾਰਾ ਸਾਰਾ ਕੁਝ ਹੋ ਜਾਂਦਾ ਜੇ ਤੁਹਾਡਾ ਪਿਛੋਕੜ, ਤੁਹਾਡਾ ਫੈਮਿਲੀ ਬੈਕਗ੍ਰਾਉਂਡ ਵਧੀਆ ਹੈ।